ਅਸੀਂ ਇੱਥੇ ਆਏ ਹਾਂ, ਇੱਥੇ ਜਿਹੜੇ ਗਰੀਬ ਲੋਕ ਆ ਬਾਹਰਲੇ ਸੂਬਿਆਂ 'ਚੋਂ ਆ ਕੇ ਰਹਿੰਦੇ ਆ, ਉਹ ਵਿਚਾਰੇ ਰੇਹੜੀਆਂ ਲਾ ਕੇ ਆਪਣੀ ਸਬਜ਼ੀ ਦੀ ਲਾਉਂਦੇ ਆ, ਕੋਈ ਫਲ ਫਰੂਟ ਦੀ ਲਾਉਂਦੇ ਆ, ਉਹਨਾਂ ਤੋਂ ਜਿਹੜਾ ਆ ਇੱਥੇ ਧੱਕੇ ਦੇ ਨਾਲ ਗੁਰਮੀਤ ਸਿੰਘ ਨਿਹੰਗਿਆ ਉਹ ਜਿਹੜੇ ਜਿਹਨਾਂ ਤੋਂ 200 ਰੁਪਈਆ ਰੋਜ਼ ਵਸੂਲ ਕਰਦੇ ਆ, ਤਾਂ ਫਲ ਫਰੂਟ ਆ ਜਿਹੜਾ ਉਹਨਾਂ ਦਾ ਜਬਰੀ ਚੱਕ ਕੇ ਜਿਹੜਾ ਉਹ ਲੈ ਕੇ ਜਾਂਦੇ ਆ ਜੀ। ਉਹਦੇ ਲਈ ਇਹਨਾਂ ਨੇ ਅੱਜ ਸਾਡੇ ਕੋਲ ਪਹੁੰਚ ਕੀਤੀ, ਮੇਰੇ ਕੋਲ ਜਰਨੈਲ ਹੋਣਾ ਕੋਲ ਪਹੁੰਚ ਕੀਤੀ ਆ। ਅਸੀਂ ਆ ਕੇ ਇੱਥੇ ਇਹਨਾਂ ਨੂੰ ਕਿਹਾ ਵੀ ਗਰੀਬ ਬੰਦੇ ਇਹਨਾਂ ਦੀਆਂ ਰੇਹੜੀਆਂ ਲੱਗਣੀਆਂ ਦੇਣੀਆਂ ਚਾਹੀਦੀਆਂ। ਔਰ ਉਲਟ ਜਿਹੜੇ ਉਹਨਾਂ ਦੇ ਗੁਰਮੀਤ ਸਿੰਘ ਦੇ ਘਰੋਂ ਆ, ਉਹ ਬੀਬਾ ਜਿਹੜੀ ਆ ਉਹ ਬਹੁਤ ਗਲਤ ਸ਼ਬਦ ਬੋਲਦੀ ਹੈ ਇੱਥੇ, ਸਾਡੇ ਲੇਡੀ ਜੇ ਆ ਉਹਨੂੰ ਮੁਸਲੀ ਤੋਂ ਬਿਨਾਂ ਉਹ ਬੋਲਦੀ ਨੀਗੀ। ਉਹ ਲਈ ਅਸੀਂ ਇਹ ਪ੍ਰਸ਼ਾਸਨ ਤੋਂ ਵੀ ਮੰਗ ਕੀਤੀ ਆ, ਅਸੀਂ ਮੁਲਾਜ਼ਮ ਆ, ਵੀ ਇਹਨਾਂ 'ਤੇ ਜਿਹੜਾ ਪਰਚਾ ਦਰਜ ਕਰਾਉਣਾ, ਸੂਚਿਤ ਜਾਤੀ ਦਾ ਜਿਹੜਾ ਨਾ ਸ਼ਬਦ ਬੋਲਦੀ ਉਹਨਾਂ ਨੂੰ ਗਰੀਬ ਲੋਕਾਂ ਨੂੰ, ਉਹ ਜਿਹੜਾ ਬੰਦ ਕਰਾਉਣਾ, ਉਹ ਧੱਕੇ ਨਾਲ ਜਿਹੜੀਆਂ ਰੇਹੜੀਆਂ ਇਹਨਾਂ ਦੀਆਂ ਇੱਥੇ ਚੁਕਾਉਣੀਆਂ ਚਾਹੁੰਦੇ ਆ। ਅਸੀਂ ਗਰੀਬਾਂ ਦੇ ਜਿਹੜੇ ਹਮਾਇਤ 'ਚ ਆਏ ਹਾਂ, ਇਹ ਗਰੀਬ ਲੋਕ ਜਿਹੜੇ ਆ ਇਹ ਆਪਣਾ ਮਾੜਾ ਮੋਟ ਰੇਹੜੀ ਦਾ ਬੜੀ ਦਾ ਕੰਮ ਕਰਕੇ ਆਪਦਾ ਬੱਚੇ ਪਾਲਦੇ ਆ, ਆਪਦਾ ਢਿੱਡ ਪਾਲਦੇ ਆ। ਜੇ ਅਗਰ ਇਹਨਾਂ ਦੀਆਂ ਰੇਹੜੀਆਂ ਨਾ ਲੱਗੀਆਂ, ਇਹ ਵਿਚਾਰੇ ਰਹਿੰਦੇ ਜਿਹੜੇ ਆ ਬੇਕਾਰ ਹੋ ਜਾਣਗੇ। ਨਿਹੰਗ ਸਿੰਘ ਨਾਲ ਹੋਈ ਆ, ਉਹ ਕਹਿੰਦਾ ਮੈਂ ਰੇਹੜੀਆਂ ਲੱਗਣ ਨਹੀਂ ਦੇਣੀਆਂ। ਉਹ ਹੁਣ ਇਹ ਗੱਲ ਕਹਿਣ ਲੱਗ ਪਿਆ ਵੀ ਸਾਤੋਂ ਰੇਲਵੇ ਪੁਲਿਸ ਵਾਲੇ ਜਿਹੜੇ ਆ ਉਹ 200 ਰੁਪਈਆ ਲੈ ਕੇ ਜਾਂਦੇ ਆ ਇੱਕ ਰੇਹੜੀ ਦਾ। ਮੈਂ ਕਿਹਾ ਜੀ ਉਹ ਧੱਕਾ ਆ, ਸ਼ਰੇਆਮ ਧੱਕਾ ਆ। ਉਹ ਕਹਿੰਦਾ ਮੈਂ 88 ਦਾ ਬੈਠਾ ਆ, ਅਸੀਂ ਤਾਂ ਜਿੱਦਾਂ ਦਾ ਤੂੰ ਬੈਠਾ ਉਦਾਂ ਦੇ ਰੇਹੜੀਆਂ ਵਾਲੇ ਬੈਠੇ ਆ ਜੀ। ਅਸੀਂ ਇੱਕ ਤਾਂ ਜਿਹੜੀ ਆ ਜੇ ਧੱਕੇ ਸ਼ਾਹੀ ਉਹ ਕਰਨ ਨਾ ਹਟਿਆ ਉਹ 'ਤੇ ਕਾਨੂੰਨੀ ਕਾਰਵਾਈ ਕਰਾਵਾਂਗੇ, ਔਰ ਰੇਹੜੀਆਂ ਜਿਹੜੀਆਂ ਉਹ ਗਰੀਬ ਲੋਕਾਂ ਦੀਆਂ ਅਸੀਂ ਇੱਥੇ ਲਵਾ ਕੇ ਰਵਾਂਗੇ ਜੀ। ਮੇਰੇ ਨਾਂ ਜਥੇਦਾਰ ਗੁਰਮੀਤ ਸਿੰਘ, ਤੰਨਾ ਦਲ ਚੀਫ ਸੈਕਟਰੀ, ਚੀਫ ਸੈਕਟਰੀ ਪੰਜਾਬ ਚੰਡੀਗੜ੍ਹ। ਮੈਂ 86 ਤੋਂ ਇੱਥੇ ਬੈਠਾ। ਮੇਰਾ ਨਿਸ਼ਾਨ ਸਾਹਿਬ ਬਾਬਾ ਜੀਵਨ ਸਿੰਘ ਦਾ ਲੱਗਿਆ, ਬਾਬੇ ਜੀਵਨ ਸਿੰਘ ਦਾ ਨਿਸ਼ਾਨ ਰੱਖਿਆ। ਸਾਰੇ ਸਮੁੱਚੇ ਪੰਥ ਦੇ ਘੋੜੇ ਰੋੜੇ ਬੁੱਢੇ ਦਲ ਦੇ ਸਾਰੇ ਉੱਤੇ ਕੋਲੇ ਆਉਂਦੇ ਆ। ਮੈਂ ਘੋੜਿਆਂ 'ਤੇ ਇਹ ਸਾਰੀ ਸਫਾਈ ਕਰਕੇ ਥਾਂ ਆਪ ਬਣਾਇਆ, KVC ਲਾ ਕੇ, ਬੰਦੇ ਲਾ ਕੇ। ਇਹ ਜਿਹੜੇ ਰੇਹੜੀਆਂ ਵਾਲੇ ਆ ਉਹ ਕੂੜਾ ਸੁੱਟਦੇ ਆ, ਅਜੇ ਮਜ਼ੂਟਾ ਵੀ ਕੂੜਾ ਪਿਆ ਹੈਗਾ, ਅਤੇ ਇਹ ਸਫਾਈ ਆਹੀ ਜਾਣ ਕਰਦੇ। ਇਹ ਰੇਹੜੀਆਂ 3 ਰੇਹੜੀਆਂ ਆ, 3 ਰੇਹੜੀਆਂ 'ਤੇ ਸੇਵਾ ਲਾਈ ਆ, 50 ਰੁਪਈਏ ਰੇਹੜੀ ਨੂੰ, ਇਹ 3 ਰੇਹੜੀਆਂ 'ਤੇ। ਉਹ ਸਾਰੀ ਮਾਰਕੀਟ ਇਹ ਬੈਠੀ ਆ, ਇਹ ਰਾਮਤੀ ਸ਼ਾਂਤੀ ਨਾਲ ਵੀ ਉਹ ਨਾ ਲੈਣਗੇ ਸੇਵਾ, ਅਤੇ ਅਸੀਂ ਆਪ ਆਪਣੀਆਂ ਦੁਕਾਨਾਂ ਨਾਲ ਕਹਿਣਾ ਕਾਮਰੇਡਾਂ ਦਾ ਵੀ 200 ਰੁਪਈਆ ਪਰ ਰੇਹੜੀ ਤੋਂ ਇਹ ਧੱਕੇ ਨਾਲ ਨਹੀਂ, ਕੋਈ ਨਹੀਂ 200 ਰੁਪਈਆ ਲੈਂਦੇ, ਨਹੀਂ ਕੋਈ ਵੀ ਨਹੀਂ ਲੈਂਦਾ। 50 ਰੁਪਈਏ ਕਿਹੜੀ ਦੇ, ਇੱਕ ਰੇਹੜੀ ਦੇ, ਇਹ 3 ਰੇਹੜੀਆਂ ਦੇ, ਉਹਦੇ ਹੁਣ ਨਹੀਂ ਕਿਸੇ ਤੋਂ ਸੇਵਾ ਲੈਂਦੇ। ਸਫਾਈ ਰੇਲਵੇ ਨਹੀਂ ਆਏ, ਇਹ ਥਾਣੇ ਵਾਲੇ ਆਏ ਸੀਗੇ, ਸੁਖਵਿੰਦਰ ਸਿੰਘ ASI ਅਤੇ ਵਿਜੇਤ ਸਿੰਘ ASI, ਅਤੇ ਉਹ ਮੁੰਡੇ ਨੂੰ ਇਹ ਜਰਨੈਲ ਸਿੰਘ, ਕਾਮਰੇਡ ਦੇਵ ਦਾ ਮੁੰਡਾ ਜਰਨੈਲ ਸਿੰਘ, ਭਰੀ ਉਹ ਕਹਿੰਦਾ ਵੀ ਮੀਟਿੰਗ ਕਰਨ ਦੇ ਮੁੰਡਾ ਉੱਚੀ ਬੋਲ ਪਿਆ ਥੋੜ੍ਹਾ ਜਿਹਾ, ਉਹ ਕਹਿੰਦਾ ਮੇਰੇ ਗਲ ਪਿਆ ਜਰਨੈਲ ਸਿੰਘ ਦਾ। ਜਰਨੈਲ ਸਿੰਘ ਕਹਿੰਦਾ ਕੋਈ ਗੱਲ ਨਹੀਂ ਪਿਆ, ਸਾਰੇ 3 ਰੇਹੜੀਆਂ ਦਾ ਰੌਲਾ ਆ, ਅਤੇ ਅਸੀਂ ਸਫਾਈ ਅਸੀਂ ਕਰਦੇ ਹਾਂ,
ਇੱਥੇ ਡੇਰਾ ਮਾਨਦੇ ਇਹ ਮੈਂ 6 ਸਾਲ ਕਿ ਚੱਲਿਆ ਮੇਰਾ ਮੇਰੇ ਕਰਦੇ ਝੂਠੀਆਂ ਗਾਈਆਂ ਨੂੰ ਅੱਗ ਲਾ ਕੇ ਅਤੇ ਝੂਠਾ ਕੇਸ ਬਣਾ ਦਿੱਤਾ ਡੇਰਾ ਸਾਂਭਣ ਦਿਆਂ ਮਾਰੇ ਲੋਕਾਂ ਨੇ ਅਤੇ ਮੰਗ ਕਰਦੇ ਹੋ ਹੁਣ ਮੈਂ ਬਾਬੇ ਜੈਤੇ ਦਾ ਬਾਬੇ ਜੀਵਨ ਸਿੰਘ ਦਾ ਨਿਸ਼ਾਨ ਸਾਹਿਬ ਦਾ ਕਿਹਾ 88 ਦਾ ਮੈਂ ਕਾਬਦਿਆਂ ਮੈਂ ਪੱਧਰ ਕਰਕੇ ਇਹ ਸਫਾਈ ਕਰਦਾ ਰੇਲਵੇ ਦੀ ਆ ਅਤੇ ਮੈਂ ਸਫਾਈ ਕਰਕੇ ਮੈਂ ਸਫਾਈ ਦੇ ਇਹ 50 ਰੁਪਈਏ ਜਿਹੜਾ ਇਹਨਾਂ ਨੂੰ ਸੇਵਾ ਲਾਈ ਆ ਬਸ ਰੇਲਵੇ ਤੇ ਕਬਜ਼ਾ ਕਿੱਦਾਂ ਹੋ ਸਕਦਾ ਲੋਕੀ ਠਾ ਦੇਣਗੇ ਤੇ ਮੈਂ ਵੀ ਉੱਠ ਜੂੰਗਾ ਸਰ ਇਹ ਲੇਬਲਾਂ ਇਲਜ਼ਾਮ ਲਿਆ ਝੂਠ ਆ ਇਹ ਮੇਰੇ ਕੋਲ ਕੰਪਲੇਂਟ ਆਈ ਸੀ ਰੇਹੜੀ ਵਾਲਿਆਂ ਦੀ ਵੀ ਸਾਡੇ ਕੋਲ ਬਾਬਾ ਨਾ ਤੰਗ ਕਰ ਰਿਹਾ ਔਰ ਪੈਸਾ ਵੀ ਮੰਗ ਕਰ ਰਿਹਾ ਅਤੇ ਉਹਨਾਂ ਨੇ ਰਿਟਨ ਕੰਪਲੇਂਟ ਨਹੀਂ ਦਿੱਤੀ ਇਹਦੇ ਬਾਰੇ ਰਿਟਨ ਕੰਪਲੇਂਟ ਦਊਗੇ ਅਤੇ ਅਸੀਂ ਕਾਰਵਾਈ ਕਰਾਂਗੇ ਐਫ ਆਈ ਆਰ ਲਾਂਚ ਕਰਾਂਗੇ ਇਹਨਾਂ ਖਿਲਾਫ਼ ਬਾਬੇ ਖਿਲਾਫ਼ ਦੇਖੋ ਰੇਲਵੇ ਨੇ ਸਾਨੂੰ ਕੋਈ ਇਹਦੇ ਬਾਰੇ ਦੱਸਿਆ ਨਹੀਂ ਇਨਫੋਰਮੇਸ਼ਨ ਦਿੱਤੀ ਕੋਈ ਨਿਯਮ ਆਉਣਗੇ ਸਾਨੂੰ ਕਾਰਵਾਈ ਕਰਾਂਗੇ ਨਾ ਸਾਨੂੰ ਰੇਲਵੇ ਨੇ ਕੋਈ ਦੱਸਿਆ ਨਹੀਂ ਇਹਦੇ ਬਾਰੇ ਚ ਸਾਨੂੰ ਇਨਫੋਰਮੇਸ਼ਨ ਦੀ ਰੇਲਵੇ ਵੱਲੋਂ ਕੋਈ ਆਉਣੀ ਆ ਅਤੇ ਅਸੀਂ ਉੱਥੋਂ ਸਾਰੀ ਜਗ੍ਹਾ ਖਾਲੀ ਕਰਾਵਾਂਗੇ ਸਰ ਮੈਨੂੰ ਨਾ ਇਹ ਥੋੜ੍ਹਾ ਚਿਰ ਹੋਇਆ ਇਹਦੇ ਉੱਥੇ ਅਤੇ ਇਹਦੇ ਬਾਰੇ ਰੇਲਵੇ ਨੂੰ ਆਪਾਂ ਇੱਕ ਵਾਰੀ ਕਹਿ ਦਾਂਗੇ ਦੱਸ ਦਾਂਗੇ ਵੀ ਸਰ ਇੱਦਾਂ ਕਰਕੇ ਵੀ ਆਹ ਇੱਦਾਂ ਕੁਛ ਹੋ ਰਿਹਾ ਵਾ ਮੈਂ ਉਹਨਾਂ ਨੂੰ ਨੋਲ ਚ ਲਿਆ ਲਾਂਗਾ ਉਹਨਾਂ ਦੀ ਗੱਲ ਅਤੇ ਜਿੱਦਾਂ ਵੀ ਉਹ ਹੁਣ ਮੁੜੋਗੇ ਕਾਰਵਾਈ ਕਰ ਲਾਂਗੇ ਨਹੀਂ ਲਿਆ ਗੱਲ ਮੈਂ ਕੋਈ ਗੱਲਬਾਤ ਹੀ ਬਾਈ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।